ਇਹ ਦੇਖੋ ਜੀ ਇਹ ਮਜੂਨ ਬਣ ਗਈ ਹੈ। ਇਸ ਮਜੂਨ ਨੂੰ 22, 23, 24, 25 ਇਹ ਵੇਖੋ ਹਲਕਾ ਗੁਲਾਬੀ ਕਲਰ ਦਾ ਪਾਣੀ ਬਣ ਗਿਆ। ਬਿਲਾਹ ਮੇਰੇ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕਮ ਜੀ। ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਅਤੇ ਇਸ ਤੋਂ ਇਲਾਵਾ ਜਿੰਨੇ ਵੀ ਦੋਸਤ ਅਹਿਬਾਬ ਸਾਨੂੰ ਹੋਰ ਮੁਲਕਾਂ 'ਚ ਵੇਖਦੇ ਨੇ, ਤਮਾਮ ਦੋਸਤਾਂ ਅਤੇ ਵੀਰਾਂ ਨੂੰ ਮੇਰਾ ਸਲਾਮ ਕਬੂਲ ਹੋਵੇ। ਉਮੀਦ ਕਰਾਂਗਾ ਕਿ ਤਮਾਮ ਦੋਸਤ ਖੈਰੋ ਆਫੀਅਤ ਨਾਲ ਹੋਣਗੇ। ਅਲਹਮਦੁਲਿਲਾ ਮੈਂ ਵੀ ਖੈਰੋ ਆਫੀਅਤ ਨਾਲ ਹਾਂ। ਮੈਂ ਤੁਹਾਡਾ ਭਰਾ ਅਲੀ ਇਮਰਾਨ ਲਹਿੰਦੇ ਪੰਜਾਬ ਤੋਂ, ਪਾਕਿਸਤਾਨ ਤੋਂ, ਅਤੇ ਤੁਸੀਂ ਵੇਖ ਰਹੇ ਤੁਹਾਡਾ ਭਰਾ ਚੈਨਲ ਅਲੀ ਇਮਰਾਨ ਪਿਜਨ ਵਲੌਗ। ਮਾਸ਼ਾਅੱਲਾ ਜੀ, ਅੱਜ ਅਸੀਂ ਫਿਰ ਚੜ੍ਹਦੇ ਪੰਜਾਬ ਦੇ ਵਿੱਚੋਂ ਜਿੱਤੇ ਹਾਂ। ਮਾਸ਼ਾਅੱਲਾ ਸਾਡਾ ਕਬੂਤਰ ਫਿਰ ਹਿੱਸੇ 'ਚ ਆਇਆ ਵਾ। ਰਾਹੁਲ ਬਾਈ, ਰਾਹੁਲ ਗੰਗਾ ਬਾਈ ਇੰਡੀਆ ਦੇ ਮਾਸ਼ਾਅੱਲਾ ਸਟਾਰ ਪਲੇਅਰ ਨੇ, ਸਾਡੇ ਵੀਰ ਬਣੇ ਹੋਏ ਨੇ ਅਤੇ ਸਾਨੂੰ ਪੂਰੀ ਸਪੋਰਟ ਵੀ ਕਰਦੇ ਨੇ। ਅਸੀਂ ਉਹਨਾਂ ਨੂੰ ਵਧਾਈਆਂ ਦਿੰਦੇ ਹਾਂ ਮਾਸ਼ਾਅੱਲਾ, ਔਰ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਅੱਜ ਉਹ ਮਾਸ਼ਾਅੱਲਾ ਫਿਰ ਦੁਬਾਰਾ ਜਿੱਤ ਗਏ ਨੇ। ਅਤੇ ਇਵੇਂ ਹੀ ਅਸੀਂ ਅੱਲਾ ਤੋਂ ਦੁਆ ਮੰਗਾਂਗੇ ਕਿ ਸਾਡਾ ਵੀਰ ਜਿੱਤਦਾ ਰਹੇ। ਸਲਾਮ ਜੀ ਸਾਰੇ ਭਰਾਵਾਂ ਨੂੰ, ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਨੂੰ। ਇਹ ਵੀਡੀਓ ਬਣਾ ਰਿਹਾ ਮੈਂ ਬਾਈ ਅਲੀ ਇਮਰਾਨ, ਬਲੌਗਰ ਨੇ ਫੇਸਬੁੱਕ 'ਤੇ ਵਿਹਾੜੀ ਤੋਂ, ਉਹਨਾਂ ਲਈ ਇਹ ਖਾਸ ਕਰਕੇ ਮੇਰੇ ਭਰਾ ਨੇ ਉਹ। ਅਤੇ ਆਪਾਂ ਉਹਨਾਂ ਦੀ ਗੇਮ 'ਤੇ ਜੀ ਹੁਣ ਤੱਕ 3 ਕਬੂਤਰ ਛੱਡੇ ਆ। ਉਹਨਾਂ ਨੇ ਰਾਏ ਮਸ਼ਵਰੇ ਨਾਲ ਕਬੂਤਰ ਸੰਭਾਏ ਸੀ ਆਪਾਂ ਨੂੰ, ਅਤੇ ਬਹੁਤ ਵਧੀਆ ਉੱਡੇ ਆ, ਸਾਰੇ ਕਬੂਤਰਾਂ ਨੇ ਨੰਬਰ ਲਾਇਆ। ਅਤੇ ਮੈਂ ਬਾਈ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ, ਅਲੀ ਇਮਰਾਨ ਵਿਹਾੜੀ ਤੋਂ। ਇੱਕ ਤਾਂ ਮਦੀਨ ਆਪਣੀ ਜਿੱਤੀ ਜੀ, ਇੱਕ ਆਪਣਾ ਆਹ ਕਬੂਤਰ ਹੈ ਜੀ, 2 ਮੈਚ ਨੇ ਪੁਆਇੰਟ ਲਾਏ ਆ, ਹਰੀਪੂਸ਼ ਵਾਲਾ, ਅਤੇ ਬਹੁਤ ਵਧੀਆ ਉੱਡੇ ਆ ਕਬੂਤਰ। ਵਿੱਚ ਦੀ ਆਪਣੇ ਕਬੂਤਰ ਥੋੜ੍ਹੇ ਢਿੱਲੇ ਸੀ ਅਤੇ ਅਲੀ ਇਮਰਾਨ ਭਾਈ ਨੇ ਬਹੁਤ ਮਦਦ ਕੀਤੀ, ਕਬੂਤਰ ਸੈੱਟ ਕਰੇ ਅਤੇ ਮਸ਼ਵਰੇ ਨਾਲ ਉਹਨਾਂ ਦੇ ਕਬੂਤਰ ਸੰਭਾਲੇ ਅਸੀਂ, ਬਹੁਤ ਵਧੀਆ ਉੱਡੇ। ਬਾਈ ਨੂੰ ਮੈਂ ਵਧਾਈਆਂ ਦੇਣਾ ਚਾਹੁੰਦਾ, ਅਤੇ ਮੇਰੇ ਵੱਡੇ ਭਾਈ ਨੇ, ਬੜੇ ਸਤਿਕਾਰਯੋਗ ਨੇ, ਅਲੀ ਇਮਰਾਨ, ਧੰਨਵਾਦ ਜੀ। ਉਸ ਤੋਂ ਬਾਅਦ ਤੰਨਾ ਲਾਲੀਆਂ ਵਾਲਾ, ਉਹ ਮਾਸ਼ਾਅੱਲਾ ਸਾਨੂੰ ਚੜ੍ਹਦੇ ਪੰਜਾਬ 'ਚ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ, ਸਾਡੀ ਵੀਡੀਓਜ਼ ਨੂੰ ਸ਼ੇਅਰ ਕਰਦੇ ਨੇ ਜਿੰਨੇ ਗਰੁੱਪਾਂ 'ਚ ਨੇ, ਔਰ ਸਾਨੂੰ ਪਿਆਰ ਦਿੰਦੇ ਨੇ, ਸਾਨੂੰ ਮੁਹੱਬਤ ਦਿੰਦੇ ਨੇ। ਅਤੇ ਅੱਜ ਦਾ ਜਿਹੜਾ ਟੋਪਿਕ ਹੈ ਵੀਰ ਜੀ, ਅੱਜ ਅਸੀਂ ਤੁਹਾਨੂੰ ਇੱਕ ਗੁਲਾਬੀ ਪਾਣੀ ਦੱਸਾਂਗੇ ਅਤੇ ਅੱਜ ਏਵਲ 25 ਗੋਲੀ ਬਣਾਉਣ ਦਾ ਤਰੀਕਾ ਵੀ ਦੱਸਾਂਗੇ ਕਿ ਏਵਲ 25 ਨੂੰ ਕਿਸ ਤਰੀਕੇ ਬਣਾਓ ਔਰ ਕਿਸ ਤਰੀਕੇ ਨੂੰ ਇਸਤੇਮਾਲ ਕਰੋ। ਇਨਸ਼ਾਅੱਲਾ ਤਾਲਾ ਅੱਜ ਦੀ ਵੀਡੀਓ ਬਹੁਤ ਹੀ ਅੱਛੀ ਹੈ ਔਰ ਸਾਡੇ ਖੁਦ ਦੇ ਅਜ਼ਮੂਦਾ ਨੁਸਖੇ ਨੇ ਜਿਹੜੇ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ, ਠੀਕ ਹੈ ਜੀ ਵੀਰ ਜੀ। ਔਰ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਅਗਰ ਇਹ ਗੱਲ ਮੈਂ ਨਾ ਕਰਾਂ ਤਾਂ ਮੇਰੇ ਖਿਆਲ 'ਚ ਉਹਨਾਂ ਦੋਸਤਾਂ ਭਰਾਵਾਂ ਨਾਲ ਜਾਤੀ ਹੈ। ਦੇਖੋ ਜੀ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਦੋਸਤਾਂ ਨੇ, ਮੇਰੇ ਚੈਨਲ ਨੂੰ ਵੇਖਦੇ ਨੇ, ਮੇਰੇ ਚੈਨਲ ਨੂੰ ਸਪੋਰਟ ਕਰਦੇ ਨੇ, ਮੇਰੀ ਵੀਡੀਓ ਦਾ ਵੇਟ ਕਰਦੇ ਨੇ, ਇੰਤਜ਼ਾਰ ਕਰਦੇ ਨੇ ਕਿ ਅਲੀ ਇਮਰਾਨ ਭਾਈ ਦਾ ਅੱਜ ਦਾ ਟੋਪਿਕ ਕੀ ਹੈ। ਔਰ ਰੈਗੂਲਰ ਬੇਸਿਸ 'ਤੇ ਮੈਂ ਵੀਡੀਓ ਬਣਾਉਂਦਾ, ਠੀਕ ਹੈ ਜੀ, ਭਾਵੇਂ ਮੇਰੇ ਕੋਲ ਟਾਈਮ ਹੋਵੇ ਭਾਵੇਂ ਟਾਈਮ ਨਾ ਹੋਵੇ, ਮੈਂ ਹੱਤਲ ਵਸਾ ਕੋਸ਼ਿਸ਼ ਕਰਦਾ ਕਿ ਮੈਂ ਆਪਣੇ ਵਿਊਵਰਸ ਨੂੰ ਨਾਰਾਜ਼ ਨਹੀਂ ਕਰਦਾ, ਮੈਂ ਕੋਈ ਨਾ ਕੋਈ ਟੋਪਿਕ ਲੈ ਕੇ ਜ਼ਰੂਰ ਪੇਸ਼ ਹੁੰਦਾ। ਕਈ ਦੋਸਤ ਅਹਿਬਾਬ ਐਸੇ ਨੇ ਜਾਣ ਬੁੱਝ ਕੇ ਦੋਸਤਾਂ ਭਰਾਵਾਂ ਨੂੰ ਇੰਤਜ਼ਾਰ ਕਰਵਾਉਂਦੇ ਨੇ, ਲੇਕਿਨ ਅਸੀਂ ਪਿਆਰ ਕਰਦੇ ਆਪਣੇ ਵਿਊਵਰਸ ਨਾਲ, ਅਸੀਂ ਮੁਹੱਬਤ ਕਰਦੇ ਆਪਣੇ ਵਿਊਵਰਸ ਨਾਲ, ਚਾਹੇ ਸਾਡੀ ਤਬੀਅਤ ਖਰਾਬ ਹੋਵੇ, ਚਾਹੇ ਅਸੀਂ ਜਿੱਥੇ ਵੀ ਗਏ ਹੋਈਏ, ਲੇਕਿਨ ਅਸੀਂ ਆਪਣੇ ਵਿਊਵਰਸ ਨੂੰ ਡੇਲੀ ਬੇਸਿਸ 'ਤੇ ਕੋਈ ਨਾ ਕੋਈ ਵੀਡੀਓ ਪਾਉਂਦੇ ਹਾਂ। ਇਹ ਸਾਡਾ ਪਿਆਰ ਹੈ, ਸਾਡੀ ਮੁਹੱਬਤ ਹੈ, ਔਰ ਇਨਸ਼ਾਅੱਲਾ ਤਾਲਾ ਅਸੀਂ ਐਵੇਂ ਆਪਣੇ ਭਰਾਵਾਂ ਦੇ ਨਾਲ ਪਿਆਰ ਕਰਦੇ ਰਵਾਂਗੇ। ਅੱਜ ਅਗਰ ਅਲੀ ਇਮਰਾਨ ਪਿਜਨ ਵੀ ਲੋਕ ਗਰੋ ਕਰ ਰਿਹਾ, ਇਹ ਸਿਰਫ ਇਹਨਾਂ ਦੋਸਤਾਂ ਭਰਾਵਾਂ ਦੀ ਸਪੋਰਟ ਹੈ, ਅਤੇ ਮੈਂ ਇਹਨਾਂ ਦਾ ਦਿਲੋਂ ਸ਼ੁਕਰੀਆ ਅਦਾ ਕਰਦਾ ਵਾਂ। ਅਤੇ ਜਿਹੜੇ ਦੋਸਤ ਅਹਿਬਾਬ ਸਾਡੀ ਵੀਡੀਓ ਨੂੰ ਪਹਿਲੀ ਦਫ਼ਾ ਵਾਚ ਕਰ ਰਹੇ ਨੇ, ਉਹਨਾਂ ਰਿਕੁਐਸਟ ਕਰਾਂਗਾ ਕਿ ਵੀਰ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਆਲ 'ਤੇ ਕਲਿੱਕ ਕਰੋ ਤਾਂ ਕਿ ਜਿਹੜੀ ਵੀ ਵੀਡੀਓ ਮੈਂ ਬਣਾਵਾਂ ਉਹ ਤੁਹਾਨੂੰ ਡੇਲੀ ਬੇਸਿਸ 'ਤੇ ਬਰ ਵਕਤ ਮਸੂਲ ਹੋ ਜਾਏ। ਹੁਣ ਮੈਂ ਆਉਂਦਾ ਜੀ ਆਪਣੇ ਇਸ ਅੱਜ ਦੇ ਟੋਪਿਕ 'ਤੇ ਕਿ 2 ਗੋਲੀਆਂ ਨੇ ਜਿਹੜੀਆਂ ਤੁਹਾਨੂੰ ਅੱਜ ਮੈਂ ਦੱਸੀਆਂ ਨੇ, ਮਤਲਬ ਕਿ ਇੱਕ ਪਾਣੀ ਦੱਸਾਂਗਾ ਔਰ ਇੱਕ ਗੋਲੀ ਦੱਸਾਂਗਾ। ਇਨਸ਼ਾਅੱਲਾ ਤਾਲਾ ਜੀ, ਏਵਲ 25, ਠੀਕ ਹੈ ਜੀ, ਇਹ ਵਾਲੀ ਏਵਲ 25, ਅੱਜ ਇਹ ਗੋਲੀ ਦੱਸਾਂਗੇ ਤੁਹਾਨੂੰ ਕਿਹਦੇ 'ਚ ਬਣਾਉਣੀ ਹੈ। ਇਹ ਪਾਕਿਸਤਾਨ ਦੀ ਗੋਲੀ ਹੈ ਇੰਡਰਾਲ, ਲੇਕਿਨ ਇੰਡੀਆ ਦੇ ਵਿੱਚ ਇਹਨੂੰ CPM ਵੀ ਕਿਹਾ ਜਾਂਦਾ। ਕੀ ਕਿਹਾ ਜਾਂਦਾ ਜੀ? CPM, ਠੀਕ ਹੈ ਜੀ। ਅਤੇ ਇਹ ਵੇਖੋ ਅੱਜ ਮੇਰੇ ਕੋਲੋਂ ਇਹ ਖਰਲ ਜਿਹਦੇ 'ਚ ਅੱਜ ਮੈਂ ਚੀਜ਼ਾਂ ਬਣਾਉਣੀਆਂ ਨੇ, ਇਹ ਪਾਣੀ, ਅਤੇ ਬੱਚਿਆਂ ਨੇ ਮੇਰੀ ਉਹ ਸਿਰਿੰਜ ਜਿਹੜੀ ਹੈਗੀ ਸੀ ਉਹ
अगे पिछे करती, लेकिन मैं सिरें घरों ली है। चलो मैं क्या दोस्तों दसा जरूर, ठीक है जी। तो की करना पहले आप पानी बनाने जी, कैमरामैन तेन अच्छे तरीके ऐसे कि कुट लेना, पाउडर कर लेना अच्छे तरीके, ठीक है जी। यह पाउडर हो गया अच्छे तरीके, अच्छे तरीके हल्का पिंक कलर का हल्का माइल पानी बनेगा। जिहड़े कबूतर ताड़े एक दो बजे तक उड़ते हैं उन्होंने लगेगा, ठीक है, और बहुत अच्छा रिजल्ट देगा, बहुत ही अच्छा, ठीक है जी। तुसी की करना इन्दे च सिरिंज भर के दस सीसी पानी विच पाना, पा के इनू अच्छे तरीके मिक्स कर लेना, ठीक है जी। आ वेखो हल्का गुलाबी कलर का पानी बन गया, हल्का गुलाबी कलर का, ठीक है। ये 10 सीसी पानी तुसी जदों बना लोगे ये सेंज भर के तुसी फ्रिज च रख देना, रात नूं बना लो या ऑन द स्पॉट बना लो, कोई मसला नहीं हैगा। ये 10 सीसी पानी तुसी बना के रात नूं बना के इहनूं तुसी सेव कर लेना फ्रिज च। कबूतर नूं तुसी रात नूं संभाल लिया, गर्म कर लिया, गर्म करन तो बाद तुसी की करना, कबूतर नूं पट लेना। पट्टन तो बाद कबूतर नूं पिंजरे ते बिठा देना, वह खुरक वगैरह कर लेगा अच्छे तरीके नाल, पारपुर झाड़ लेगा। अद्धे घंटे बाद उहनूं पानी विखाओ, अगर वह पानी लै लवे ठीक है, खुद दिखाओ कि वह पीवे, ठीक है, नहीं तो उहदी बिठ वेखो, अगर बिठ खुश्क होवे तो उन्हों पानी दियो। गर्म करन तो बाद दी बिठ, गर्म करन वाली बिठ नहीं जिहड़ी असीं कबूतर नूं ढकदे आ उहदे विचों, मतलब कि जिहड़ियां मिठां होंदियां ने वह नहीं, जदों असीं कबूतर नूं बाहर पिंजरे च कढ़ांगे उस तों बाद जिहड़ा कबूतर है तुहाडा उहदी बिठ मार रही होई तुसीं चैक करनी, कि अगर ते पानी वाली है तो उहनूं तुसीं पानी हथ नाल नहीं देना। अगर उस कबूतर की बिठ खुश्क है बिठ, तो फिर तुसीं उहनूं 5 सीसी पानी देना, ठीक है। 5 सीसी पानी देने तो बाद तुसीं उहनूं पिंजरे च ढक्को, हल्का जिहा कपड़ा दिओ, वह पिया रहे। सुबह 4-5 बजे उहनूं पानी दिओ, 7-10 सीसी कोसा वह दे दिओ। देने तो बाद जदों कबूतर तुसीं छड्डना है उस तो अद्धे घंटे या घंटे पहले तुसीं तकरीबन ताड़े 5 कबूतर ने ताड़े ये पानी 5 कबूतरां दा जी, किन्ने कबूतरां दा? 5 कबूतरां दा। तुसीं ये 5 कबूतरां नूं दे सकदे हो ये पानी, तो ये 2-2 सीसी पानी तुसीं कबूतरां नूं छड्डण तो पहले हज़म कराना, अद्धा घंटा पहले, किन्ने? अद्धा घंटा पहले हज़म कराना। कबूतर ताड़े खुराक किन्नी क देनी है कि कबूतर ताड़े अपने आप साफ होण, या अद्धा घंटा पलटा लेना, पलटाण तो बाद कबूतर नूं रख लेना, रखण तो बाद 2 सीसी पानी हज़म कराना है। जदों कबूतर दे हज़म हो जाएगा इंशाल्लाह ताला कबूतर ताड़ा खुरकेगा भी सही, और कबूतर ताड़ा पारपुर भी झाड़ेगा अच्छे तरीके, बेहतरीन तरीके बिठा भी मारेगा, एवरीथिंग बहुत अच्छा नज़र आएगा तुहानूं। उस तो बाद कबूतर अगर 20 सीसी पानी चुकया तो उहनूं तुसीं 30 सीसी पानी देना, तो अगर उस कबूतर ने 30 सीसी पानी चुकया तो 40 सीसी देना, सिर्फ 10 सीसी वधा के देना। जिहड़ा कबूतर ताड़ा 1-2 बजे वाला है इंशाल्लाह ताला शाम वाले घंटियां च वड़ेगा, ठीक है, इंशाल्लाह ताला। ये एडा बेहतरीन और अच्छा पानी है बेटा, ये देखो, ऐ वेखो ऐ गुलाबी कलर का जिहड़ा तुहानूं पानी आख्या सी, ऐ वेखो गुलाबी कलर का यह पानी है, ठीक है जी। तो बाकी दूसरी गोली है वह भी तुहानूं दस दें। अच्छा जी दोस्तों, अजाना आ गई सी मगरब दियाँ, तो एवल 25 का नुस्खा तुहाडे नाल शेयर करना है परवाजी, और बहुत ही अच्छा यह नुस्खा है इंशाल्लाह ताला। तुहानू अज ये भी दसांगे एवल 25 एक गोली लैनी है, तुसी इनू कुट लेना, इनू चंगे तरीके बरीक कर लेना एवल 25 नू। जदों ये बरीक हो जाए, क्योंकि इंडिया च भी लभ जाती है, पाकिस्तान च भी लभ जाती है, काफ़ी सारे दोस्त अहबाब कह रहे सन अली इमरान भाई सानू वह नुस्खा दसो जिहड़ा असी आराम नाल बासानी इस्तेमाल कर लीए,
ਅੱਜ ਤੁਹਾਨੂੰ ਗੋਲੀਆਂ ਉਸ ਹਿਸਾਬ ਨਾਲ ਦੱਸ ਰਿਹਾ ਵਾਂ, ਔਰ ਇਹਦੇ 'ਤੇ ਪ੍ਰੈਕਟੀਕਲ ਕੀਤਾ, ਬਹੁਤ ਅੱਛੇ ਪਰਿੰਦੇ ਉੱਡੇ ਨੇ ਸਾਡੇ। ਇਹ ਦ੍ਰਿਸ਼ਕ ਹੈ, ਇਹ ਦਾਣੇ ਦੇਖ ਲਓ, ਇਹ ਦ੍ਰਿਸ਼ਕ ਦੇ ਦਾਣੇ ਨੇ, ਠੀਕ ਹੈ। ਇਹ ਦ੍ਰਿਸ਼ਕ ਦੇ ਦਾਣੇ ਤੁਸੀਂ ਲੈਣੇ ਨੇ 25 ਗਿਣਤੀ ਦੇ ਨਾਲ, 25 ਦਾਣੇ ਲੈਣੇ ਨੇ। ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌਂ, ਦਸ, ਗਿਆਰਾਂ, ਬਾਰਾਂ, ਤੇਰਾਂ, ਚੌਦਾਂ, ਪੰਦਰਾਂ, ਸੋਲਾਂ, ਸਤਾਰਾਂ, ਅਠਾਰਾਂ, ਉੱਨੀ, ਵੀਹ, ਇੱਕੀ, ਬਾਈ, ਤੇਈ, ਚੌਵੀ, ਪੱਚੀ। ਇਹ 25 ਦ੍ਰਿਸ਼ਕ ਦੇ ਦਾਣੇ ਜੀ, ਇਹਨਾਂ ਨੂੰ ਵੀ ਇਹਦੇ ਵਿੱਚ ਹੀ ਕੁੱਟ ਲੈਣਾ ਤੁਸੀਂ, ਇਹਦੀ ਤੁਸੀਂ ਮਜੂਨ ਬਣਾਉਣੀ ਹੈ। ਅਸਲ 'ਚ ਵੀਡੀਓ ਬਣਾਉਣ 'ਚ ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ ਵਾਂ, ਤਬੀਅਤ ਮੇਰੀ ਖਰਾਬ ਸੀ, ਮੈਡੀਸਨ ਲੈ ਕੇ ਮੈਂ ਅੱਜ ਸੌ ਗਿਆ ਸਾਂ। ਅਤੇ ਇਹ ਵੇਖੋ ਮਾਸ਼ਾਅੱਲਾ, ਇਹ ਆਪਣੀ ਮਜੂਨ ਬਣ ਗਈ ਹੈ, ਚੈੱਕ ਕਰ ਰਹੇ ਹੋਵੋਗੇ ਤੁਸੀਂ, ਇਹ ਵੇਖੋ। ਠੀਕ ਹੈ ਜੀ, ਇਹ ਥੋੜ੍ਹੀ ਜਿਹੀ ਨਾ ਜੀ, ਇਹ ਵਾਲੀ ਜਿਹੜੀ ਮਜੂਨ ਹੈ ਇਹ ਥੋੜ੍ਹੀ ਜਿਹੀ ਢਿੱਲੀ ਬਣੇਗੀ। ਇਸ ਮਜੂਨ ਨੂੰ ਟੈਡ ਕਰਨ ਵਾਸਤੇ, ਤੁਹਾਨੂੰ ਥੋੜ੍ਹਾ ਜਿਹਾ ਆਟਾ ਇਸਤੇਮਾਲ ਕਰਨਾ ਪਏਗਾ, ਇਹਨੂੰ ਸਖਤ ਕਰਨ ਵਾਸਤੇ ਥੋੜ੍ਹਾ ਜਿਹਾ ਤੁਹਾਨੂੰ ਆਟਾ ਇਸਤੇਮਾਲ ਕਰਨਾ ਪਏਗਾ, ਤਾਂ ਕਿ ਇਹ ਸਖਤ ਹੋ ਜਾਏ। ਵੀਰ ਜੀ, ਮੈਂ ਤੁਹਾਡੇ ਨਾਲ ਉਹ ਚੀਜ਼ਾਂ ਸ਼ੇਅਰ ਕਰਦਾ ਵਾਂ ਜਿਹੜੀਆਂ ਚੀਜ਼ਾਂ ਮੇਰੇ ਖਿਆਲ 'ਚ ਕੋਈ ਨਹੀਂ ਸ਼ੇਅਰ ਕਰਦਾ ਹੋਏਗਾ, ਠੀਕ ਹੈ। ਮੈਂ ਤੁਹਾਡੇ ਨਾਲ ਉਹ ਚੀਜ਼ਾਂ ਸ਼ੇਅਰ ਕਰਾਂਗਾ ਜਿਹੜੀ ਚੀਜ਼ਾਂ ਤੁਹਾਡੇ ਨਾਲ ਕੋਈ ਨਹੀਂ ਸ਼ੇਅਰ ਕਰਦਾ ਹੋਏਗਾ। ਮੈਂ ਇਹ ਚੀਜ਼ਾਂ ਖੁਦ ਇਸਤੇਮਾਲ ਕਰਦਾ, ਬਲਕਿ ਸਾਡਾ ਗਰੁੱਪ ਵੀ ਇਸਤੇਮਾਲ ਕਰਦਾ। ਅਸੀਂ ਦਿਲ 'ਤੇ ਪੱਥਰ ਰੱਖ ਕੇ ਚੀਜ਼ਾਂ ਦੱਸਦੇ ਹਾਂ, ਲੇਕਿਨ ਦੱਸਦੇ ਇਸ ਲਈ ਹਾਂ ਕਿ ਤੁਸੀਂ ਖੁਦ ਕਬੂਤਰ ਉਡਾਓ, ਤੁਹਾਨੂੰ ਪਤਾ ਲੱਗੇ ਕਿ ਕਬੂਤਰ ਕਿਵੇਂ ਉੱਡਦੇ ਨੇ, ਤੁਸੀਂ ਖੁਦ ਉਡਾਓ, ਠੀਕ ਹੈ। ਯੂਟਿਊਬਰ ਘੱਟ ਹੀ ਹੋਣਗੇ ਦੋਸਤ ਅਹਿਬਾਬ ਜਿਹੜੇ ਇਹ ਚੀਜ਼ਾਂ ਦੱਸਦੇ ਹੋਣਗੇ, ਅਤੇ ਇਨਸ਼ਾਅੱਲਾ ਤਾਲਾ ਜਿਹੜੇ ਸਾਡੇ ਵਿਊਵਰਸ ਨੇ, ਅਸੀਂ ਉਹਨਾਂ ਨੂੰ ਨਾਰਾਜ਼ ਨਹੀਂ ਕਰਾਂਗੇ, ਅਸੀਂ ਉਹਨਾਂ ਨੂੰ ਰਾਜ਼ੀ ਕਰਾਂਗੇ। ਸਾਡੀ ਜ਼ਿੰਦਗੀ ਰਹੀ, ਇਨਸ਼ਾਅੱਲਾ ਤਾਲਾ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ, ਪੂਰਾ ਕਬੂਤਰਬਾਜ਼ ਬਣਾਵਾਂਗੇ, ਔਰ ਆਪਣੀ ਜਿਹੜੀ ਲਹਿੰਦੇ ਪੰਜਾਬ ਦੀ ਗੇਮ ਹੈ ਉਹ ਇਨਸ਼ਾਅੱਲਾ ਤਾਲਾ ਤੁਹਾਨੂੰ ਦੱਸਾਂਗੇ, ਸਪੈਸ਼ਲ ਚੜ੍ਹਦੇ ਪੰਜਾਬ ਵਾਲਿਆਂ ਨੂੰ। ਇਹ ਦੇਖ ਰਹੇ ਹੋ, ਇਹ ਮਜੂਨ ਟਾਈਪ ਬਣ ਗਈ, ਇਹਨੂੰ ਇਸ ਤਰੀਕੇ ਹੱਥ ਨਾਲ ਇਕੱਠਾ ਕਰ ਲੈਣਾ। ਜਦੋਂ ਤੁਸੀਂ ਹੱਥ ਨਾਲ ਇਕੱਠਾ ਕਰ ਲਓਗੇ, ਇਹ ਵੇਖੋ, ਇਹ ਵੇਖੋ, ਮਜੂਨ ਬਹੁਤ ਅੱਛੀ ਔਰ ਬਹੁਤ ਸਖਤ, ਬੜੀ VIP ਬਣ ਜਾਏਗੀ, ਇਹ ਵੇਖੋ, ਇਹ ਵੇਖੋ, ਠੀਕ ਹੈ। ਤੁਸੀਂ ਬਾਕੀ ਵੀ ਪੱਟ ਲੈਣੀ ਹੈ, ਨਾਲੋਂ ਲਾਹ ਲੈਣੀ ਹੈ, ਇੱਦਾਂ ਲਾਈ ਜਾਣੀ ਹੈ। ਤੁਸੀਂ ਤਕਰੀਬਨ ਇਸ ਦੀਆਂ 10 ਗੋਲੀਆਂ ਬਣਾਉਣੀਆਂ ਨੇ, ਕਿੰਨੀਆਂ, 10 ਗੋਲੀਆਂ। ਮਾਸ਼ਾਅੱਲਾ ਜੀ, ਆ ਵੇਖੋ ਜੀ, 10 ਗੋਲੀਆਂ ਬਣ ਗਈਆਂ ਨੇ, 4 × 2 = 6 ਅਤੇ 4 = 10, ਇਹ 10 ਗੋਲੀਆਂ ਨੇ। ਇਹ 10 ਕਬੂਤਰਾਂ ਦੀ ਖੁਰਾਕ ਸਮਝ ਲਓ, ਜਾਂ 10 ਕਬੂਤਰਾਂ ਉਡਾਉਣ ਵਾਸਤੇ ਨੁਸਖਾ ਸਮਝ ਲਓ। ਇਸ ਨੂੰ ਤੁਸੀਂ ਰਾਤੀ 12 ਵਜੇ ਲਾਉਣਾ ਜੀ, 10 CC ਪਾਣੀ ਕੋਸੇ ਦੇ ਨਾਲ। ਲੇਕਿਨ ਲਾਉਣਾ ਉਸ ਟਾਈਮ ਹੈ ਜਦੋਂ ਕਬੂਤਰ ਤੁਹਾਡਾ ਥੋੜ੍ਹੀ ਜਿਹੀ ਬਿੱਠ ਖੁਸ਼ਕ ਕਰ ਰਿਹਾ ਹੋਵੇ, ਮਤਲਬ ਕਿ ਤੁਹਾਨੂੰ ਕਾੜਾ ਲਾਏ ਨੂੰ ਕਮ ਅਜ਼ ਕਮ ਵੀ ਕਾੜਾ ਲਾ ਕੇ ਦੱਬਿਆ ਹੋਵੇ, ਦਾਬੂ ਲਾ ਕੇ ਅਤੇ ਤੁਸੀਂ ਉਹਨੂੰ ਪੱਟਿਆ ਹੋਵੇ। ਪੱਟਣ ਤੋਂ ਬਾਅਦ ਕਬੂਤਰ ਤੁਹਾਡੇ ਨੂੰ ਘੰਟਾ ਹੋ ਗਿਆ ਹੋਵੇ, ਜਾਂ 1.5 ਘੰਟਾ ਹੋ ਗਿਆ ਹੋਵੇ, ਜਾਂ 2 ਘੰਟੇ ਹੋ ਗਏ ਹੁਣ, ਵੀ ਮਤਲਬ ਕਿ ਇੰਨੇ ਟਾਈਮ 'ਚ ਤੁਹਾਡਾ ਕਬੂਤਰ ਖੁਸ਼ਕ ਬਿੱਠ ਮਾਰ ਜਾਏਗਾ। ਜਦੋਂ ਖੁਸ਼ਕ ਬਿੱਠ ਮਾਰੇਗਾ, ਤੁਸੀਂ ਇਹ ਗੋਲੀ ਦੇ ਕੇ ਉੱਤੋਂ 10 CC ਪਾਣੀ ਕੋਸਾ ਦੇ ਕੇ ਵੀਰੇ ਤੁਸੀਂ ਸੋ ਜਾਣਾ। ਉਸ ਤੋਂ ਬਾਅਦ ਤੁਸੀਂ 4 ਵਜੇ ਉੱਠਣਾ ਅਤੇ 7 CC ਪਾਣੀ ਦੇਣਾ, ਅਤੇ ਉਸ ਤੋਂ ਬਾਅਦ ਤੁਸੀਂ ਕਬੂਤਰ ਨੂੰ ਜਦੋਂ ਉਡਾਉਣਾ ਉਦੋਂ ਤੀਕਰ ਕੁਝ ਨਹੀਂ ਵੇਖਣਾ, ਕੁਝ ਨਹੀਂ ਕਰਨਾ। ਹਾਂ, ਟੈਂਪਰੇਚਰ ਦੇ ਹਿਸਾਬ ਨਾਲ ਤੁਸੀਂ ਕਬੂਤਰ ਨੂੰ ਪਲਟਾਉਣਾ। ਅਗਰ ਟੈਂਪਰੇਚਰ ਹੈਗਾ ਜੇ ਵੀਰ ਜੀ 40, ਅਤੇ ਉਸ ਤੋਂ ਥੱਲੇ 30 ਘੰਟਾ ਪਹਿਲੇ ਪਲਟਾਉਣਾ। ਅਗਰ 40 ਤੋਂ ਉੱਪਰ ਹੈ
तो फिर उस हिसाब न गर्म करना है तो उनके हिसाब ने तुम पलटा मतलब कि 2 घंटे पहले पलटा लेना जो तो पलटाना है तो वीर जी उत्तों 5 cc पानी लाजमी देना ताकि कबूतर ताड़ा अपनी छिट्टी भी साफ कर जाए ठीक है। तो बाकी इंशाल्लाह ताला कल असी जी वीडियो बनावांगे उनके असी तेज़ हवा च जो कबूतर उड़ाना होंगे वो वाला नुस्खा दसांगे वो वाली गोली दसांगे इस गलों क्योंकि काफ़ी सारे दोस्त अहबाब जो साढ़े है वो दस कह रहे थे कि अली इमरान भाई जो तेज़ हवा च कबूतर प्रवास करे वो वाला नुस्खा दसो तो अलहमदुल्ला नुस्खे से भी असी मुकम्मल अबूर हासिल किया हो इंशाल्लाह ताला भी शेयर करा कल लाजमी वो तेरे शेयर करा इंशाल्लाह ताला बफजले खुदा। तो उम्मीद करा कि तुहानू अज का नुस्खा पसंद आया होगा तो हाजी तुहानू दसना है कि कबूतर पलटाने तो बाद अद्धा घंटा पलटाने बाद या 2 घंटे पलटाने तो बाद तुम जो कबूतर छड़ना अपना अगर तेरा कबूतर ने 30 cc पानी चुकया तो तुम उन्होंने 45 cc पानी देना जे अगर कबूतर ने 20 cc पानी चुकया तो तुम उन्होंने 40 cc पानी देना ठीक है जी। और इंशाल्लाह ताला कबूतर तुहाडा अच्छी प्रवास करेगा अच्छा रिजल्ट देवेगा और ये मैं पूरा उम्मीद है मैं तमाम व्यूवर्स दे कि अज का नुस्खा तुहानू बहुत पसंद आएगा और तुम कमेंट दियाँ झड़ियाँ ला दोगे वीडियो में लाइक भी करोगे और अजमाओगे इंशाल्लाह ताला तुम घर भी अजमा लो इन बहर भी अजमा लो ये बहुत अच्छा नुस्खा है और इंशाल्लाह ताला तुहानू इहदे तो बहुत ज़्यादा फायदा मिलेगा। तो वीर जी मैं हुण तुहाडे तों इजाजत चाहवांगा तुसीं अपना ते अपने प्यारां दा ख्याल रख्या जे ते मुहब्बता मंडदे रहा जे अगर जिंदगी ने साथ दिता और तुहाडी दुआवां रहियां तो इंशाल्लाह ताला नवीं वीडियो लैके हाज़र होवांगा जी तुहाडे तों इजाजत चाहवांगा वसलाम।